ਸੇਂਟ ਸੋਲਜਰ ਟਾਈਮਸ ਤੋਂ ਮੈਂ ਹਾਂ ਕੋਮਲ ਅਤੇ ਮੇਰੀ ਤਰਫ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ। ਅੱਜ ਅਸੀਂ ਪਹੁੰਚੇ ਹਾਂ ਖਾਸ ਇੱਕ ਸਟੋਰੀ ਤੁਹਾਡੇ ਰੂਬਰੂ ਲੈ ਕੇ। ਕਹਿੰਦੇ ਨੇ ਹਰ ਇਨਸਾਨ ਪੜ੍ਹਾਈ ਕਰਕੇ ਕਹਿੰਦਾ ਹੈ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਆਪਣਾ ਫਿਊਚਰ ਅੱਗੇ ਕਿਵੇਂ ਵਧਾਵਾਂ ਔਰ ਆਪਣੀ ਲਾਈਫ ਵਿੱਚ ਕਿਹੜੀ ਅਸੀਂ ਖਾਸ ਗੱਲ ਕਰਾਂ ਜਿਹਦੇ ਲਈ ਮੈਂ ਸੋਸ਼ਲ ਮੀਡੀਆ 'ਤੇ ਸਟਾਰ ਬਣ ਜਾਵਾਂ ਜਾਂ ਫਿਰ ਆਉਣ ਵਾਲੀ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਲਈ ਕੁਛ ਨਵਾਂ ਖਾਸ ਲੈ ਕੇ ਆਵਾਂ। ਸੋ ਨਵੇਂ ਖਾਸ ਦੀ ਗੱਲ ਕਰਦੇ ਹਾਂ ਜੀ। ਇਹ ਸਟੋਰੀ ਤੁਹਾਨੂੰ ਵੀ ਪਸੰਦ ਆਏਗੀ, ਬਟ ਜੇ ਗੱਲ ਕਰੀਏ ਲਾਈਫ ਟਾਈਮ ਦੀ ਬਿਜ਼ਨਸ ਦੀ, ਆਪਣੀ ਇੱਕ ਜਿਹੜੀ ਕਲਾਕ੍ਰਿਤੀ ਹੈ ਕਿਵੇਂ ਲੋਕਾਂ ਦੇ ਸਾਹਮਣੇ ਲੈ ਕੇ ਆ ਸਕਦੇ ਹਾਂ, ਗੱਲ ਕਰਦੇ ਹਾਂ ਜੀ ਸਾਡੇ ਪੰਜਾਬ ਦੇ ਦੋ ਹੋਣਹਾਰ ਨੌਜਵਾਨ ਸ਼ਹਿਰ ਜਲੰਧਰ ਦੀ ਜਾਨ, ਜੋ ਕਿ ਵਾਕਈ ਪੂਰੇ ਆਵਾਮ ਲਈ ਇੱਕ ਬਹੁਤ ਵਧੀਆ ਸਟਾਰ ਬਣ ਚੁੱਕੇ ਨੇ, ਉਹਨਾਂ ਦੀ ਜਾਨ ਬਣ ਚੁੱਕੇ ਨੇ। ਉਹਨਾਂ ਨੇ ਕਿਹੋ ਜਿਹਾ ਬਿਜ਼ਨਸ ਕੀਤਾ ਹੈ, ਇਹੋ ਜਿਹੀ ਇੱਕ ਬੁੱਕ ਲਾਂਚ ਕੀਤੀ ਹੈ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਜੀ ਹੋਡੋ ਕਿਤਾਬ ਔਰ 3D, ਜਿਹੜੇ ਤੁਹਾਡੇ ਬੱਚੇ ਮੋਬਾਈਲ 'ਤੇ ਜੁੜ ਚੁੱਕੇ ਨੇ, ਮੋਬਾਈਲ ਤੋਂ ਹਟਦੇ ਨਹੀਂ ਹੈ, ਗੇਮਾਂ ਖੇਡ ਕੇ ਟਾਈਮ ਪਾਸ ਕਰਦੇ ਨੇ, ਪਰ ਇਹ ਬਹੁਤ ਵੱਡੀ ਓਪਰਚੁਨਿਟੀ ਹੈ ਉਹਨਾਂ ਬੱਚਿਆਂ ਲਈ। ਮੋਬਾਈਲ ਦੇ ਨਾਲ ਨਾਲ ਉਹ ਪੜ੍ਹਾਈ ਵੀ ਕਰ ਸਕਦੇ ਨੇ ਅਤੇ ਔਨਲਾਈਨ ਵੀ ਸਿੱਖ ਸਕਦੇ ਨੇ। ਸੋ ਦੋਸਤੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਮਿਸਟਰ ਨਿਖਿਲ ਐਂਡ ਦੀਪਾਂਸ਼ੂ, ਜਿਨ੍ਹਾਂ ਨੇ 3D ਹੋਲੋ ਕਿਤਾਬ ਦੀ ਪੇਸ਼ਕਾਰੀ ਸਾਰੀ ਦੁਨੀਆ ਸਾਹਮਣੇ ਕੀਤੀ ਹੈ ਅਤੇ ਆਫੇ ਕਰਦੇ ਉਹਨਾਂ ਦੇ ਨਾਲ ਗੱਲਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਦੀਪਾਂਸ਼ੂ ਜੀ। ਸਤਿ ਸ਼੍ਰੀ ਅਕਾਲ ਮੈਮ। ਸੋ ਨਿਖਿਲ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਇਸ ਖਾਸ ਕਨਸੈਪਟ ਬਾਰੇ ਕਿ ਕਿਸ ਤਰ੍ਹਾਂ ਮਾਇੰਡ 'ਚ ਆਇਆ ਕਿ ਇਹ ਚੀਜ਼ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਉਣੀ ਹੈ। ਮੈਮ, ਡਿਊਰਿੰਗ ਦੀ ਕਾਲਜ ਸਾਨੂੰ ਆਈਡੀਆ ਆਇਆ, ਗੇਮਸ ਖੇਲਦੇ ਖੇਲਦੇ ਆਪਾਂ ਸੋਚਿਆ ਕਿ ਆਪਾਂ ਜਿੱਦਾਂ ਗੇਮਸ ਦੇ ਵਿੱਚ ਲਰਨਿੰਗ ਕਰਦੇ ਹਾਂ ਤਾਂ ਉਹੀ ਚੀਜ਼ਾਂ ਆਪਾਂ ਆਪਣੀ ਬੁੱਕਸ ਦੇ ਵਿੱਚ ਕਿਉਂ ਨਹੀਂ ਇੰਟਰੋਡਿਊਸ ਕਰ ਸਕਦੇ ਕਿ ਜਿੱਦਾਂ ਆਪਾਂ ਗੇਮ 'ਚ ਇੰਟਰਸਟ ਬਣਾਉਂਦੇ ਹਾਂ ਉਹੀ ਇੰਟਰਸਟ ਆਪਾਂ ਬੁੱਕਸ ਦੇ ਵਿੱਚ ਅਗਰ ਬਣਾਈਏ ਤਾਂ ਆਪਾਂ ਵਧੀਆ ਤਰ੍ਹਾਂ ਸਿੱਖ ਪਾਈਏ। ਉਸ ਤੋਂ ਬਾਅਦ ਆਪਾਂ ਡਿਊਰਿੰਗ ਦੀ ਕਾਲਜ ਆਈਡੀਆ ਸਟਾਰਟ ਕੀਤਾ ਅਤੇ ਆਫਟਰ ਕਾਲਜ ਆਪਾਂ ਆਪਣਾ ਫਸਟ ਪ੍ਰੋਡਕਟ ਲਾਂਚ ਕੀਤਾ ਜਿਹਦੇ ਵਿੱਚ ਆਪਾਂ AR ਟੈਕਨੋਲੋਜੀ ਯੂਜ਼ ਕੀਤੀ। AR ਮਤਲਬ ਕਿ ਆਗੋਮੈਂਟਿਡ ਰਿਐਲਿਟੀ, ਜਿਹਦੇ ਵਿੱਚ ਆਪਾਂ ਬੁੱਕ ਦੇ ਵਿੱਚ ਕੋਈ ਵੀ ਕੋਨਸੈਪਟ ਹੈ, ਕੋਈ ਵੀ ਇਮੇਜ ਹੈ, ਉਹਦਾ ਇੱਕ 3D ਵਿਊ ਨਾ, ਐਨੀਮੇਟਿਡ ਵਿਊ ਨਾ, ਆਪਾਂ ਉਸ ਚੀਜ਼ ਨੂੰ ਵਧੀਆ ਤਰੀਕੇ ਨਾਲ ਸਿੱਖ ਸਕਦੇ ਹਾਂ ਜੀ। ਬਹੁਤ ਸੋਹਣੀ ਗੱਲ ਹੈ। ਵੈਸੇ ਜੇ ਮੈਂ ਗੱਲ ਕਰਾਂ, ਇਹ ਚੀਜ਼ ਤੁਹਾਡੇ ਬੱਚਿਆਂ ਲਈ ਬਹੁਤ ਵਧੀਆ ਹੈ। ਤੁਸੀਂ ਅਕਸਰ ਕਹਿੰਦੇ ਹੋ ਕਿ ਸਾਡੇ ਬੱਚੇ ਕਹਿੰਦੇ ਕਿ ਅਸੀਂ ਪੜ੍ਹਾਈ ਨਹੀਂ ਕਰਨੀ, ਸਾਡਾ ਮੂਡ ਹੈ ਨਹੀਂ, ਅਸੀਂ ਗੇਮ ਖੇਡਣੀ ਹੈ ਜਾਂ ਫਿਰ ਅਸੀਂ TV ਦੇਖਣਾ ਹੈ। TV ਦੇ ਅਕੋਰਡਿੰਗ ਹੀ ਇਹ ਚੀਜ਼ ਬਣਾਈ ਗਈ ਹੈ, ਬਿਕੋਜ਼ ਉਹਨਾਂ ਨੂੰ LCD ਲਗਾ ਦਿਉ, ਮੋਬਾਈਲ ਸਾਹਮਣੇ ਰੱਖ ਦਿਉ ਅਤੇ ਇਹ ਚੀਜ਼ਾਂ ਮੈਂਸ਼ਨ ਹੋ ਜਾਣਗੀਆਂ। ਦੀਪਾਂਸ਼ੂ ਜੀ, ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ ਕਿਉਂਕਿ ਕਹਿੰਦੇ ਹੁੰਦੇ ਨੇ ਇੱਕ ਦਿਮਾਗ ਦਾ ਕੰਮ ਘੱਟ ਅਤੇ ਦੋ ਦਿਮਾਗ ਦਾ ਕੰਮ ਜ਼ਿਆਦਾ, ਤੁਹਾਡੇ ਦਿਮਾਗ 'ਚ ਵੀ ਇਹੀ ਚੀਜ਼ ਸੀ ਜੋ ਦੋਨਾਂ ਨੇ ਮਿਲ ਕੇ ਚੀਜ਼ ਕੀਤੀ? ਹਾਂਜੀ, ਇਹ ਚੀਜ਼ ਹੁੰਦੀ ਹੈ ਕਿ ਮਤਲਬ ਇਹ ਕਦੇ ਵੀ ਫਾਈਨਲ ਪ੍ਰੋਡਕਟ ਨਹੀਂ ਹੁੰਦਾ। ਪਹਿਲੇ ਆਪਾਂ ਕੁਝ ਬਣਾਉਂਦੇ ਹਾਂ, ਕੋਈ ਚੀਜ਼ ਨਹੀਂ ਕੰਮ ਕਰਦੀ, ਉਸਨੂੰ ਫਿਰ ਚੇਂਜ ਕਰਦੇ ਹਾਂ ਅਤੇ ਉਹ 3-4 ਚੇਂਜਿਸ ਕਰਨ ਤੋਂ ਬਾਅਦ ਪ੍ਰੋਡਕਟ ਲਾਂਚ ਕੀਤਾ, ਕਈ ਫੇਲ ਹੋ ਗਿਆ, ਫਿਰ ਦੁਬਾਰਾ ਲਾਂਚ ਕੀਤਾ ਅਤੇ ਉਹ ਇੱਕ ਫਾਈਨਲ ਪ੍ਰੋਡਕਟ ਬਣਿਆ ਕਿ ਜਿਹੜਾ ਹੁਣ ਵਧੀਆ ਚੱਲਿਆ ਮਾਰਕੀਟ 'ਚ। ਅਤੇ ਮਤਲਬ ਕਾਫੀ ਰਿਪੀਟ ਚੇਂਜ ਕਰਨੇ ਪੈਂਦੇ ਆ ਜੇ ਪ੍ਰੋਡਕਟ ਚਲਾਉਣਾ। ਤੁਹਾਡੀ ਪ੍ਰੋਡਕਟ 'ਤੇ ਸਪੈਸ਼ਲ ਲਿਖਿਆ ਹੈ ਸ਼ਾਰਕ ਟੈਂਕ, ਇਹਦੇ ਬਾਰੇ ਕੁਝ ਦੱਸੋ ਜੀ। ਸ਼ਾਰਕ ਟੈਂਕ ਇੱਕ ਸ਼ੋਅ ਹੈ ਜਿਹੜਾ ਮਤਲਬ ਪਿਛਲੇ ਸਾਲ ਇੰਡੀਆ 'ਚ ਲਾਂਚ ਹੋਈ season 1, ਅਤੇ ਉਦੋਂ ਆਪਾਂ ਸੁਪਨਾ ਦੇਖਦੇ ਸੀ ਕਿ ਯਾਰ ਆਪਾਂ ਵੀ ਕਦੀ ਆਵਾਂਗੇ ਇੱਥੇ ਸ਼ੋਅ 'ਤੇ। ਅਤੇ ਜਦੋਂ ਅਗਲੇ ਸਾਲ ਐਪਲੀਕੇਸ਼ਨ ਖੁੱਲ੍ਹੀ ਅਤੇ ਫੋਰਮ ਭਰਤਾ, ਅਤੇ ਬਸ ਇੱਕ ਮਹੀਨੇ ਬਾਅਦ, ਮਤਲਬ ਉਮੀਦ ਨਹੀਂ ਸੀਗੀ ਕਿ ਆਏਗਾ, ਬਟ ਇੱਕ ਮਹੀਨੇ ਬਾਅਦ ਕਿ ਪਹਿਲਾ ਰਾਊਂਡ ਸ਼ੋਰਟਲਿਸਟ ਹੋ ਗਿਆ। ਬਸ ਉਸ ਤੋਂ ਬਾਅਦ ਬਹੁਤ ਮਿਹਨਤ ਕਰਕੇ ਜਿੰਨੇ ਵੀ 3-4 ਰਾਊਂਡ ਸੀਗੇ ਸਾਰੇ ਵਧੀਆ ਤਰੀਕੇ ਨਾਲ ਕੀਤੇ, ਅਤੇ ਆਪਾਂ ਉੱਥੇ ਮੁੰਬਈ ਸਾਨੂੰ ਫਾਈਨਲ ਰਾਊਂਡ ਲਈ ਬੁਲਾਇਆ ਗਿਆ। ਸ਼ਾਰਕ ਟੈਂਕ ਸੋਨੀ TV 'ਤੇ ਬਹੁਤ ਵੱਡਾ ਸ਼ੋਅ ਚੱਲਦਾ ਹੈ ਜਿਹਦੇ ਵਿੱਚ ਉਹਨਾਂ ਦਾ ਜਿਹੜਾ ਬਿਜ਼ਨਸ ਹੁੰਦਾ, ਪਹਿਲੇ ਉਹ ਖੁਦ ਸਮਝਦੇ ਨੇ, ਫਿਰ ਉਹਨਾਂ ਨੂੰ ਲੱਗਦਾ ਕਿ ਹਾਂ ਇਹਦੇ ਵਿੱਚ ਅਸੀਂ ਇਨਵੈਸਟ ਕਰ ਸਕਦੇ ਹਾਂ, ਸਾਨੂੰ ਇਹਦੇ ਵਿੱਚ ਕੁਛ ਬਚੇਗਾ, ਅਤੇ ਫਿਰ ਅਗਲੇ ਬੰਦੇ ਨੂੰ ਆਪਣੇ ਨਾਲ ਜੋੜਦੇ ਨੇ। ਅਤੇ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਜਲੰਧਰ ਦੇ ਦੋ ਨੌਜਵਾਨ ਉਸ ਸ਼ਾਰਕ ਟੈਂਕ ਦੇ ਵਿੱਚ ਗਏ ਨੇ ਅਤੇ ਜਿੱਤ ਕੇ ਆਏ ਨੇ ਅਤੇ ਆਪਣੇ ਬਿਜ਼ਨਸ ਨੂੰ ਬਹੁਤ ਹਾਈਪ ਵੀ ਦੇ ਕੇ ਆਏ ਨੇ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਸ਼ਾਰਕ ਟੈਂਕ ਇੱਕ ਬਹੁਤ ਹੀ ਵੱਡਾ ਸ਼ੋਅ ਹੈ, ਕਿ ਪਿਛਲੇ ਸਾਲ ਜਦੋਂ ਮੈਂ season 1 ਦੇਖ ਰਿਹਾ ਸੀ ਤਾਂ ਮੈਂ ਇੱਕ ਸੁਪਨਾ ਸੀ ਜੋ ਮੈਂ ਦੇਖਿਆ ਸੀਗਾ ਕਿ ਆਪਾਂ ਵੀ ਇੱਕ ਦਿਨ ਉੱਥੇ ਸ਼ਾਰਕ ਟੈਂਕ 'ਚ ਪਹੁੰਚੀਏ। season 2 ਵਿੱਚ ਜਦੋਂ ਮੈਂ ਅਪਲਾਈ ਕੀਤਾ ਕਿ ਇਸ ਵਾਰੀ ਉਹਨਾਂ ਦੇ 1,80,000 ਐਪਲੀਕੇਸ਼ਨ ਉਹਨਾਂ ਕੋਲ ਆਈਆਂ ਸੀਗੀਆਂ, ਜਿਹਦੇ ਵਿੱਚ ਉਹਨਾਂ ਨੇ 180 ਐਪਲੀਕੇਸ਼ਨ ਸਮਥਿੰਗ ਉਹਨਾਂ ਨੇ ਸਿਲੈਕਟ ਕੀਤੀਆਂ, ਜਿਹਦੇ ਵਿੱਚ 60-65 ਸਟਾਰਟਅਪਸ ਜਿਹੜੇ ਆ ਉਹਨਾਂ ਨੂੰ ਫੰਡਿੰਗ ਮਿਲੀ, ਅਤੇ ਆਪਾਂ ਉਹਨਾਂ ਦੇ ਵਿੱਚੋਂ ਇੱਕ ਹਾਂ ਕਿ ਸਾਨੂੰ ਉੱਥੇ ਫੰਡਿੰਗ ਮਿਲੀ, ਅਤੇ ਕਾਫੀ ਐਡਵਰਟੀਜ਼ਮੈਂਟ ਵੀ ਹੋਈ ਸਾਡੀ, ਪੂਰੇ ਗਲੋਬਲ ਲੈਵਲ ਦੀ ਐਡਵਰਟੀਜ਼ਮੈਂਟ ਹੋਈ ਅਤੇ ਸਾਡੀ ਸੇਲਸ ਬਹੁਤ ਬੂਸਟ ਹੋਈ ਉਹਦੇ ਨਾਲ ਜੀ। ਜਿਹੜੇ ਸ਼ਾਰਕ ਟੈਂਕ ਦੇ ਮੇਨ ਜਜ਼ੀ ਸਨ, ਉਹਨਾਂ ਨੇ ਪਹਿਲੇ ਕੁਐਸਚਨ ਕਿਹੜੇ ਕੀਤੇ ਸਨ ਜੀ? ਪਹਿਲੇ ਤਾਂ ਇੱਕ ਨਾ ਮਤਲਬ ਥੋੜ੍ਹਾ ਜਿਹਾ ਕੰਫਰਟੇਬਲ ਫੀਲ ਕਰਾਉਂਦੇ, ਪਹਿਲੇ ਪੁੱਛਦੇ ਤੁਸੀਂ ਕਿੱਥੋਂ ਆਏ ਹੋ, ਆਈਡੀਆ ਕਿੱਥੋਂ ਆਇਆ, ਫਿਰ ਧੀਰੇ ਧੀਰੇ ਕਰਕੇ ਨਾ ਹੌਲੀ ਹੌਲੀ ਕਰਕੇ ਕਿ ਮਤਲਬ ਕਿ ਆਪਣੇ ਰੈਵਨਿਊ ਦੱਸੋ, ਕਿ ਯੂਜ਼ ਕੇਸ ਕੀ ਹੈ ਪ੍ਰੋਡਕਟ ਦਾ, ਅਤੇ ਕੀ ਉਹ ਫਿਰ ਆਪਣੇ ਦੱਸਦੇ ਕਿ ਅੱਛਾ ਇਹਦੇ ਤਾਂ ਇਹ ਕੌਨਸ ਹੈ, ਇਹਦੇ ਇਹ ਪ੍ਰੋਜ਼ ਹੈ, ਉਹ ਬਾਰੇ ਕੁਐਸਚਨ ਆਨਸਰ ਹੁੰਦੇ ਰਹਿੰਦੇ ਇੱਦਾਂ ਜੀ। ਅਤੇ ਜਦੋਂ ਮਤਲਬ ਇਹ ਅਚੀਵਮੈਂਟ ਤੁਹਾਨੂੰ ਮਿਲੀ ਕਿ ਤੁਸੀਂ ਫਾਈਨਲ ਹੋ ਗਏ ਹੋ ਅਤੇ ਤੁਹਾਨੂੰ ਉਹ ਫੰਡਿੰਗ ਵੀ ਕਰਨਗੇ, ਹੈ ਨਾ, ਅਤੇ ਕਿਸ ਤਰ੍ਹਾਂ ਦਾ ਲੱਗਿਆ?
ਬਹੁਤ ਹੀ ਵਧੀਆ ਲੱਗਾ ਜੀ। ਆਪਾਂ ਜਿੱਦਾਂ ਛੋਟੇ ਸ਼ਹਿਰ ਤੋਂ ਹੈਗੇ ਹਾਂ, ਆਪਾਂ ਬਿਜ਼ਨਸ ਕਰਦੇ ਹਾਂ, ਆਪਾਂ ਇੱਕ ਸਮਾਲ ਸਕੇਲ ਆਪਾਂ ਐਕਸਪੈਕਟ ਕਰਦੇ ਹਾਂ ਆਪਾਂ ਸਮਾਲ ਸਕੇਲ 'ਚ ਬਿਜ਼ਨਸ ਕਰੀਏ, ਬਟ ਉਹ ਸਾਡੇ ਨਾਲ ਅਗਰ ਜੁੜਦੇ ਆ ਤਾਂ ਆਪਾਂ ਗਲੋਬਲ ਲੈਵਲ ਦੇ ਲਿੰਕਸ ਉਹ ਸਾਨੂੰ ਪ੍ਰੋਵਾਈਡ ਕਰਦੇ ਆ ਅਤੇ ਓਪਰਚੁਨਿਟੀਜ਼ ਆ ਸਾਡੇ ਬਿਜ਼ਨਸ ਲਈ ਹੋਰ ਖੁੱਲ੍ਹ ਜਾਂਦੀਆਂ। ਅਤੇ ਇੱਕ ਹੁਣ ਆਪਾਂ ਇੱਕ ਵੱਡਾ ਡ੍ਰੀਮ ਦੇਖਿਆ ਕਿ ਆਪਾਂ ਆਪਣੇ ਬਿਜ਼ਨਸ ਨੂੰ ਗਲੋਬਲ ਲੈਵਲ ਤੱਕ ਲੈ ਕੇ ਜਾਈਏ। ਵੈਰੀ ਨਾਈਸ। ਕਿਹੜੀ ਲੈਂਗੁਏਜ ਵਿੱਚ ਨੇ? ਇਹ ਹਾਲੇ ਤਾਂ ਇੰਗਲਿਸ਼ ਲੈਂਗੁਏਜ ਹੈਗੀ ਹੈ, ਇੱਕ ਸਾਡੀ ਹਿੰਦੀ ਦੀ ਬੁੱਕ ਵੀ ਹੈਗੀ ਹੈ, ਬਟ ਆਪਾਂ ਹੌਲੀ ਹੌਲੀ ਹੋਰ ਲੈਂਗੁਏਜ ਵੀ ਲੈ ਕੇ ਆ ਰਹੇ ਹਾਂ, ਵੱਡੀ ਕਲਾਸਿਸ ਦੀ ਬੁੱਕਸ ਵੀ ਲੈ ਕੇ ਆ ਰਹੇ ਹਾਂ ਇਹਦੇ ਨਾਲ ਜੀ। ਮਤਲਬ ਤੁਹਾਡਾ ਜਿਹੜਾ ਕਨਸੈਪਟ ਹੈ ਮੈਨੂੰ ਵੀ ਬਹੁਤ ਅੱਛਾ ਲੱਗਾ, ਔਰ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਵੀ ਲੱਗੇਗਾ ਕਿ ਹਾਂ ਵੀ ਕੁਛ ਡਿਫਰੈਂਟ ਹੈ। ਅਤੇ ਜੇ ਅਸੀਂ ਗੱਲ ਕਰੀਏ ਪੰਜਾਬ ਗਵਰਨਮੈਂਟ ਵੱਲੋਂ ਕੁਛ ਹੈਲਪ ਹੋਈ ਇਸ ਚੀਜ਼ ਲਈ? ਜੀ ਜੀ, ਸਾਨੂੰ ਪੰਜਾਬ ਸਰਕਾਰ ਵੱਲੋਂ 3 ਲੱਖ ਦੀ ਸੀਟ ਗ੍ਰਾਂਟ ਦਿੱਤੀ ਗਈ ਹੈ, ਜੋ ਕਿ ਮਤਲਬ ਸਾਨੂੰ ਉਹਨੇ ਵੀ ਬਹੁਤ ਬੂਸਟ ਕੀਤਾ ਉਸ ਚੀਜ਼ ਨੇ, ਅਤੇ ਉਹਨਾਂ ਵੱਲੋਂ ਵੀ ਕਾਫੀ ਐਡਵਰਟਾਈਜ਼ਮੈਂਟ ਕੀਤੀ ਗਈ ਹੈ, ਅਤੇ ਮੈਂ ਕਹਿ ਸਕਦਾ ਕਿ ਵਧੀਆ ਕੰਮ ਕੀਤਾ ਸਰਕਾਰ ਨੇ। ਪਹਿਲਾਂ ਤੁਹਾਡੀ ਇਸ ਜਿਹੜੀ ਟੈਕਨੋਲੋਜੀ ਨੂੰ ਲੈ ਕੇ ਆਏ ਹੋ, ਉਦੋਂ ਕਿੱਦਾਂ ਦਾ ਰਿਸਪੋਂਸ ਸੀ ਅਤੇ ਜਦੋਂ ਸ਼ਾਰਕ ਟੈਂਕ 'ਚ ਹੋਏ ਉਸ ਤੋਂ ਬਾਅਦ ਕਿੱਦਾਂ ਰਿਸਪੋਂਸ ਸੀ? ਸ਼ਾਰਕ ਟੈਂਕ ਉਹ ਇੱਦਾਂ ਦੀ ਇੱਕ ਨੈਸ਼ਨਲ ਲੈਵਲ ਐਡਵਰਟਾਈਜ਼ਮੈਂਟ ਹੈ ਜੋ ਆਪਾਂ ਨਹੀਂ ਕਰ ਸਕਦੇ, ਆਪਾਂ ਸਿਰਫ ਲੋਕਲ ਲੈਵਲ 'ਤੇ ਐਡਵਰਟਾਈਜ਼ ਕਰ ਸਕਦੇ ਹਾਂ, ਫੇਸਬੁੱਕ 'ਤੇ ਕਰ ਸਕਦੇ ਹਾਂ, ਅਤੇ ਲੋਕਾਂ ਨੂੰ ਵਾਰ ਵਾਰ ਸਮਝਾਉਣਾ ਪੈਂਦਾ ਕਿ ਇਹ ਟੈਕਨੋਲੋਜੀ ਕੀ ਹੈ, ਕਿੱਦਾਂ ਵਰਕ ਕਰਦੀ ਆ। ਹੁਣ ਟੀ ਵੀ 'ਤੇ ਇੱਕ ਵਾਰੀ ਆ ਗਿਆ, ਹੁਣ ਲੋਕਾਂ ਨੂੰ ਸਮਝਾਉਣਾ ਨਹੀਂ ਪੈਂਦਾ, ਉੱਥੇ ਉਹਨਾਂ ਨੇ ਦੇਖਿਆ ਹੋਇਆ ਅਤੇ ਆਪ ਆ ਕੇ ਹੁਣ ਸਾਡੇ ਕੋਲ ਔਰਡਰ ਕਰਦੇ ਆ, ਬਹੁਤ ਫਰਕ ਹੈ। ਪਰ ਉਹਨਾਂ ਨੂੰ ਕੁਛ ਤਾਂ ਨਜ਼ਰ ਆਇਆ ਹੋਗਾ ਜੋ ਉਹਨਾਂ ਨੇ ਤੁਹਾਨੂੰ ਫਾਈਨਲ ਕੀਤਾ? ਹਾਂਜੀ ਮੈਮ, ਇੱਕ ਆਈਡੀਆ ਆਪਾਂ ਸਟਾਰਟ ਕੀਤਾ ਕਿ ਉਹਨਾਂ ਨੂੰ ਲੱਗਾ ਕਿ ਹਾਂ ਜੋ ਜਿਸ ਰਾਹ 'ਤੇ ਆਪਾਂ ਹੈਗੇ ਹਾਂ, ਜੋ ਆਈਡੀਆ ਆਪਾਂ ਇੱਕ ਸਟਾਰਟ ਕਰਤਾ, ਇਹਨੂੰ ਆਪਾਂ ਹੋਰ ਵੀ ਏਰੀਆਜ਼ ਦੇ ਵਿੱਚ ਜਿੱਦਾਂ ਹੈਲਥ ਕੇਅਰ ਦੇ ਵਿੱਚ, ਹੋਰ ਵੀ ਸੈਕਟਰਸ ਦੇ ਵਿੱਚ ਇਹਨੂੰ ਲੈ ਕੇ ਜਾ ਸਕਦੇ ਹਾਂ ਕਿ ਹਰ ਇੱਕ ਚੀਜ਼ ਦੇ ਵਿੱਚ ਆਪਾਂ ਲਰਨਿੰਗ ਇੰਪਰੂਵ ਕਰ ਸਕਦੇ ਹਾਂ। ਉਹਨਾਂ ਨੇ ਫੰਡਿੰਗ ਸਾਨੂੰ ਇਸ ਲਈ ਦਿੱਤੀ ਕਿ ਆਪਾਂ ਇੱਕ ਇਨੀਸ਼ੀਏਟ ਕਰਤਾ, ਆਪਾਂ ਟੈਕਨੋਲੋਜੀ ਜੋ ਆਪਣਾ ਏ ਆਰ ਇਨੀਸ਼ੀਏਟ ਕੀਤਾ ਆਪਾਂ ਐਜੂਕੇਸ਼ਨ ਦੇ ਵਿੱਚ, ਉਸ ਚੀਜ਼ ਨੂੰ ਆਪਾਂ ਹੈਲਥ ਕੇਅਰ ਦੇ ਵਿੱਚ ਅਲੱਗ ਅਲੱਗ ਸੈਕਟਰਸ ਦੇ ਵਿੱਚ ਲੈ ਕੇ ਜਾ ਸਕਦੇ ਹਾਂ ਅਤੇ ਹਰ ਇੱਕ ਸੈਕਟਰ ਦੀ ਲਰਨਿੰਗ ਨੂੰ ਇੰਪਰੂਵ ਕਰ ਸਕਦੇ ਹਾਂ ਜੀ। ਅਤੇ ਅਗਲੇ ਨਵੇਂ ਪਲਾਨ ਕਿਹੜੇ ਨੇ? ਹੋਰ ਜੀ ਆਪਾਂ ਕਿ ਜਿੱਦਾਂ ਨਿਖਿਲ ਦੱਸਿਆ, ਆਪਾਂ ਹੋਰ ਹੋਰ ਇੰਡਸਟਰੀ ਵੀ ਦੂਜੀ ਇੰਡਸਟਰੀ ਜਾ ਰਹੀ, ਜਿੱਦਾਂ ਹੈਲਥ ਕੇਅਰ ਇੰਡਸਟਰੀ, ਨਾਲ ਨਾਲ ਆਪਾਂ ਗੇਮਸ ਵੀ ਬਣਾ ਰਹੇ ਇਹਦੇ ਨਾਲ, ਪੜ੍ਹਾਈ ਦੇ ਨਾਲ ਨਾਲ, ਜਿੱਦਾਂ ਸਾਡਾ ਇੱਕ ਪ੍ਰੋਡਕਟ ਆ ਰਿਹਾ ਗਲੋਬ, ਹੋਰ ਵੀ ਫਿਜ਼ੀਕਲ ਪ੍ਰੋਡਕਟਸ ਹੈਗੇ ਜਿਨ੍ਹਾਂ ਨੂੰ ਆਪਾਂ ਇਹ ਆਪਾਂ ਸਕੈਨ ਕਰਕੇ ਉਹਦੇ ਬਾਰੇ 3D ਇਨਫੋਰਮੇਸ਼ਨ ਲੈ ਸਕਦੇ ਹਾਂ, ਅਤੇ ਹੋਰ ਵੀ ਇੱਦਾਂ ਦੇ ਪ੍ਰੋਡਕਟਸ ਨਵੇਂ ਨਵੇਂ ਆਪਾਂ ਲੈ ਕੇ ਆ ਰਹੇ ਹਾਂ। ਜਿਹੜੀ ਤੁਸੀਂ ਸਟੱਡੀ ਕੀਤੀ ਹੈ ਕੀ ਇਹਨੂੰ ਕਹਿੰਦੇ ਨੇ? ਇਹਨੂੰ ਆਗੂਮੈਂਟਿਡ ਰਿਐਲਿਟੀ ਕਹਿੰਦੇ ਏ ਆਰ। ਇਹਦੇ ਵਿੱਚ ਜੋ ਆਪਾਂ ਓਬਜੈਕਟਸ ਆਪਾਂ ਆਪਣੇ ਬੁੱਕਸ ਦੇ ਵਿੱਚ ਦੇਖਦੇ ਹਾਂ, ਉਸ ਚੀਜ਼ ਨੂੰ ਆਪਾਂ ਲਾਈਵ ਆਪਾਂ ਵਿਦ ਦੀ 3D ਐਨੀਮੇਸ਼ਨ, ਉਸ ਚੀਜ਼ ਨੂੰ ਆਪਾਂ ਆਪਣੇ ਫੋਨ 'ਤੇ, ਆਪਣੇ ਟੈਬਲੇਟ 'ਤੇ ਜਾਂ ਆਪਣੀ ਟੀ ਵੀ ਸਕਰੀਨ 'ਤੇ ਆਪਾਂ ਦੇਖ ਸਕਦੇ ਹਾਂ ਜੀ। ਸਰ ਇਹ ਕੋਈ ਐਪ ਹੋਏਗੀ, ਜੇ ਕੋਈ ਦੇਖਣਾ ਚਾਹੁੰਦਾ ਹੋਵੇ ਉਸ ਐਪ ਬਾਰੇ ਸਾਡੇ ਨਾਲ ਗੱਲਬਾਤ ਕਰੋ ਜੀ। ਐਪ ਦਾ ਨਾਮ ਹੈ ਸਾਡੀ ਹੋਲੋ ਕਿਤਾਬ, ਅਤੇ ਸਾਡੇ ਪ੍ਰੋਡਕਟਸ ਦਾ ਨਾਮ ਵੀ ਹੋਲੋ ਕਿਤਾਬ ਹੈ। ਜੇ ਕਿਸੇ ਨੇ ਸਰਚ ਕਰਨਾ ਹੈ ਐਮਾਜ਼ੋਨ 'ਤੇ ਔਨਲਾਈਨ, ਸਿਰਫ ਹੋਲੋ ਕਿਤਾਬ ਲਿਖਣਾ ਹੈ ਅਤੇ ਸਾਰਾ ਡਿਟੇਲਸ ਆ ਜਾਊਗੀ। ਅਤੇ ਹੋਲੋ ਕਿਤਾਬ ਐਪ ਜਦੋਂ ਆਪਾਂ ਖੋਲੂਗੇ ਉਹਦੇ ਅੰਦਰ ਆਪਾਂ ਕੈਟਲੋਗ ਮਿਲ ਜਾਂਦਾ ਕਿ ਸਾਡੇ ਕਿਹੜੇ ਪ੍ਰੋਡਕਟਸ ਹੈ, ਅਤੇ ਜਿਹੜਾ ਪ੍ਰੋਡਕਟ ਕਿਸੇ ਨੇ ਪਰਚੇਜ਼ ਕੀਤਾ ਬਸ ਉਸ ਪ੍ਰੋਡਕਟ 'ਤੇ ਕਲਿੱਕ ਕਰਨਾ, ਅਤੇ ਤੁਹਾਨੂੰ ਸਾਡਾ ਕੈਮਰਾ ਓਪਨ ਹੋ ਜਾਏਗਾ ਫੋਨ ਦਾ, ਅਤੇ ਨਾਲ ਹੀ ਆਪਾਂ ਸਕੈਨ ਕਰਾਂਗੇ ਉਹ ਸਾਰਾ ਆ ਜਾਏਗਾ। ਬਹੁਤ ਹੀ ਸਿੰਪਲ ਪ੍ਰੋਸੈਸ ਹੈ, ਕੁਛ ਵਿੱਚ ਆਪਾਂ ਮੁਸ਼ਕਿਲ ਨਹੀਂ ਰੱਖੇ ਯੂਜ਼ਰ ਲਈ। ਸਰ ਦੇਖੋ ਇਸ ਟਾਈਮ ਤੁਹਾਡੇ ਫੋਨ 'ਤੇ ਅਸੀਂ ਕੁਝ ਤਸਵੀਰਾਂ ਦੇਖੀਆਂ ਔਰ ਲਾਈਵ ਹੋ ਗਈਆਂ, ਹੈ ਨਾ, ਅਤੇ ਕਿਸੇ ਹੋਰ ਨੇ ਆਪਣੇ ਘਰ ਦੇ ਵਿੱਚ ਉਹ ਚੀਜ਼ ਦੇਖਣੀ ਹੋਵੇ ਤਾਂ ਉਹ ਕੀ ਪ੍ਰੋਸੀਜਰ ਹੈ ਉਹਦੇ ਬਾਰੇ ਦੱਸੋ। ਇਹ ਜਿੱਦਾਂ ਬੁੱਕਸ ਅਤੇ ਫਲੈਸ਼ ਕਾਰਡਸ ਆਪਾਂ ਲਾਂਚ ਕੀਤੇ ਹੈ ਐਮਾਜ਼ੋਨ 'ਤੇ, ਆਪਣੀ ਵੈਬਸਾਈਟ www.holokitab.in 'ਤੇ ਈਜ਼ੀਲੀ ਅਵੇਲੇਬਲ ਹੈ, ਆਪਾਂ ਡਿਸਕਾਊਂਟ ਵੀ ਦੇ ਰਹੇ ਹਾਂ ਉਹਦੇ ਵਿੱਚ, ਅਤੇ ਬਹੁਤ ਹੀ ਅਫੋਰਡੇਬਲ ਆਪਾਂ ਲਾਂਚ ਕੀਤਾ ਇਸ ਪ੍ਰੋਡਕਟਸ ਆਪਣੇ। ਆਪਾਂ ਬਸ ਪ੍ਰੋਡਕਟਸ ਪਰਚੇਸ ਕਰ ਲੈਣੇ ਹੈ, ਉਸ ਤੋਂ ਬਾਅਦ ਆਪਾਂ ਬੁੱਕ ਦੇ ਵਿੱਚ ਦਿੱਤੀ ਹੋਈ ਇੰਸਟਰਕਸ਼ਨਸ ਜੋ ਫੋਲੋ ਕਰਨੀ ਹੈ ਉਹਦੇ ਵਿੱਚ ਦਿੱਤਾ ਹੋਇਆ ਕਿ ਹੋਲੋ ਕਿਤਾਬ ਐਪ ਆਪਾਂ ਡਾਊਨਲੋਡ ਕਰ ਲੈਣੀ ਹੈ, ਪਲੇ ਸਟੋਰ iOS ਦੇ ਵਿੱਚ ਫ੍ਰੀ ਆਫ ਕੋਸਟ ਅਵੇਲੇਬਲ ਹੈ। ਡਾਊਨਲੋਡ ਕਰਕੇ ਅਗਰ ਆਪਾਂ ਉਹਨੂੰ ਸਟਾਰਟ ਕਰਾਂਗੇ ਉਹਦੇ ਵਿੱਚ ਕੈਮਰਾ ਓਪਨ ਹੋ ਜਾਏਗਾ, ਆਪਾਂ ਸਿਰਫ ਕੈਮਰੇ ਤੋਂ ਬੁੱਕਸ ਨੂੰ ਸਕੈਨ ਕਰਨਾ, ਬਹੁਤ ਹੀ ਈਜ਼ੀ ਹੈ ਅਤੇ ਬਹੁਤ ਹੀ ਕਨਵੀਨੀਅੰਟ ਹੈ, ਅਤੇ ਸਕਰੀਨ ਟਾਈਮ ਨੂੰ ਬਹੁਤ ਹੀ ਘਟਾਉਂਦਾ, ਕਿਉਂਕਿ ਅਗਰ ਆਪਾਂ ਯੂਟਿਊਬ ਵੀਡੀਓ ਦੇਖਦੇ ਹਾਂ ਜਿੱਦਾਂ ਆਪਾਂ ਸਕਰੀਨ ਟਾਈਮ ਤੁਸੀਂ ਗੱਲ ਕਰ ਰਹੇ ਸੀ, ਅਤੇ ਅੱਧਾ ਘੰਟਾ ਇੱਕ ਘੰਟਾ ਬੱਚੇ ਯੂਟਿਊਬ ਵੀਡੀਓ ਦੇਖਦੇ ਰਹਿੰਦੇ ਆ, ਇਹਦੇ ਵਿੱਚ ਆਪਾਂ 10-15 ਮਿੰਟ ਦੇ ਵਿੱਚ ਤੁਸੀਂ ਸਾਰੀ ਬੁੱਕ ਸਕੈਨ ਕਰਕੇ ਹਰ ਇੱਕ ਚੀਜ਼ ਤੁਸੀਂ ਪੜ੍ਹ ਸਕਦੇ ਹੋ। ਸਕਰੀਨ ਟਾਈਮ ਆਪਾਂ 70% ਰਿਡਿਊਸ ਕਰ ਦਿੱਤਾ ਟੈਕਨੋਲੋਜੀ ਦੇ ਨਾਲ। ਇਹਦੇ ਨਾਲ ਨਾਲ ਵੈਸੇ ਕਹਿਣਾ ਤਾਂ ਨਹੀਂ ਚਾਹੀਦਾ, ਟੀਚਰ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਖਤਮ ਹੋ ਜਾਣੀ ਹੈ, ਫੋਨ ਜਿਹੜਾ ਉਹੀ ਟੀਚਰ ਹੋਏਗਾ ਅਤੇ ਫੋਨ ਹੀ ਤੁਹਾਨੂੰ ਹਰ ਚੀਜ਼ ਸਮਝਾਏਗਾ, ਦਿਖਾਏਗਾ ਔਰ ਨਾਲ ਦੀ ਨਾਲ ਬੋਲੇਗਾ। ਸੋ ਨਿਖਿਲ ਜੀ, ਤੁਹਾਡੇ ਹੱਥ 'ਚ ਜਿਹੜਾ ਫੋਨ ਹੈ, ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਕਿ ਤੁਸੀਂ ਇਹ ਚੀਜ਼ ਨੂੰ ਇਸ ਤਰ੍ਹਾਂ ਐਕਸਪਲੇਨ ਕਰਦੇ ਹੋ ਤਾਂ ਕਿ ਬੱਚਿਆਂ ਦੀ ਜਿਹੜੀ ਵਿਰਧੀ ਹੈ ਔਰ ਉਹਨਾਂ ਦਾ ਜਿਹੜਾ ਦਿਮਾਗ ਹੈ ਇਸ ਚੀਜ਼ ਨੂੰ ਛੇਤੀ ਛੇਤੀ ਕੈਪਚਰ ਕਰ ਲਏਗਾ, ਇਹਦਾ ਸਾਨੂੰ ਥੋੜ੍ਹਾ ਡੈਮੋ ਜ਼ਰੂਰ ਦਿਖਾਓ। ਹਾਂਜੀ, ਇਹਦੇ ਵਿੱਚ ਸਾਡੇ ਕੋਲ ਜਿੱਦਾਂ ਨਰਸਰੀ ਰਾਈਮਸ ਦੀ ਬੁੱਕ ਹੈ, ਕਿੰਡਰਗਾਰਟਨ ਦੀ ਬੁੱਕ ਹੈ ਨਰਸਰੀ ਰਾਈਮਸ, ਇਹ ਮੈਂ ਹੋਲੋ ਕਿਤਾਬ ਐਪ ਡਾਊਨਲੋਡ ਕਰ ਲਈ ਹੈ। ਇਹਦੇ ਵਿੱਚ ਕੈਟਲੋਗ ਦੇ ਵਿੱਚ ਮੈਂ ਨਰਸਰੀ ਰਾਈਮ
ਇਹਦਾ ਆਪਾਂ ਪੇਜ ਟਰਨ ਕਰਦੇ ਜਾਵਾਂਗੇ। ਅਤੇ ਪ੍ਰੋਪਰ 3D ਹੈ, ਇਹਨੂੰ ਆਪਾਂ ਜ਼ੂਮ ਕਰ ਸਕਦੇ ਹਾਂ, ਰੋਟੇਟ ਕਰ ਸਕਦੇ ਹਾਂ। ਬਹੁਤ ਸੋਹਣੀ ਚੀਜ਼ ਹੈ ਔਰ ਬਹੁਤ ਹੀ ਵਧੀਆ ਕੋਨਸੈਪਟ ਹੈ। ਸੋ ਮੈਂ ਵੀ ਦੁਆ ਕਰਦੀ ਹਾਂ ਕਿ ਸਾਡੇ ਪੰਜਾਬ 'ਚ ਇਸ ਤਰ੍ਹਾਂ ਦੇ ਹੀਰੇ ਹੋਣ ਤਾਂ ਕਿ ਜੋ ਆਪਣਾ ਔਰ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨ। ਔਰ ਦੂਸਰੀ ਗੱਲ ਹੈ ਕਿ ਜਸਟ ਇਹ ਐਜ਼ ਏ ਸਟੈਚੂ ਨੇ, ਬਟ ਜਦੋਂ ਅਸੀਂ ਕੈਮਰਾ ਔਨ ਕਰਦੇ ਹਾਂ ਤਾਂ ਇਹ ਬਿਲਕੁਲ ਲਾਈਵ ਕਿ ਅਸੀਂ ਵੀਡੀਓ ਦੇਖ ਰਹੇ ਹਾਂ ਅਤੇ ਵੀਡੀਓ ਦੇ ਵਿੱਚ ਜੋ ਅਸੀਂ ਪੋਇਮ ਸਿੱਖਦੇ ਹਾਂ, ਵਾਹ ਕਮਾਲ ਹੈ ਜੀ। ਅਸੀਂ ਆਪਣੇ ਬੱਚੇ ਨੂੰ ਇੱਕ ਇੱਕ ਵਰਡ ਸਿਖਾਉਂਦੇ ਹਾਂ, ਬੱਚੇ ਇਸ ਤਰ੍ਹਾਂ ਬੋਲੋ। ਸਰ ਕਿਸ ਤਰ੍ਹਾਂ ਜੇ ਲੋਕ ਤੁਹਾਨੂੰ ਟਾਈਪ ਕਰਨਾ ਚਾਹੁਣ, ਤੁਹਾਡੇ ਕੋਲ ਕੁਛ ਮੰਗਵਾਉਣਾ ਚਾਹੁਣ, ਤਾਂ ਉਹਦੇ ਬਾਰੇ ਜ਼ਰੂਰ ਦੱਸੋ। ਇਹ ਸਾਡੇ ਪ੍ਰੋਡਕਟਸ ਐਮਾਜ਼ੋਨ 'ਤੇ ਅਤੇ ਆਪਣੀ ਵੈਬਸਾਈਟ www.holokitab.in 'ਤੇ ਈਜ਼ਲੀ ਅਵੇਲੇਬਲ ਹੈ। ਅਤੇ ਆਪਾਂ ਡਿਸਕਾਊਂਟ ਵੀ ਦੇ ਰਹੇ ਹਾਂ ਆਫਟਰ ਸ਼ਾਰਕ ਟੈਂਕ, ਸਾਨੂੰ ਬਹੁਤ ਹੀ ਵਧੀਆ ਰਿਸਪੋਂਸ ਮਿਲਿਆ, ਨੈਚੁਰਲੀ ਆਪਾਂ ਸੇਲ ਸਾਡੀ ਬੂਸਟ ਹੋਈ ਹੈ ਅਤੇ ਡਿਸਕਾਊਂਟ ਵੀ ਆਪਾਂ ਕਾਫੀ ਵਧੀਆ ਦੇ ਰਹੇ ਹਾਂ। ਅਤੇ ਇਸ ਚੀਜ਼ ਨੂੰ ਆਪਾਂ ਕਾਫੀ ਅਫੋਰਡੇਬਲ ਰੱਖਿਆ, 199-399 ਦੇ ਰੇਂਜ ਦੇ ਵਿੱਚ ਹੀ ਆਪਾਂ ਆਪਣੇ ਪ੍ਰੋਡਕਟਸ ਰੱਖੇ ਹੈ ਤਾਂ ਕਿ ਹਰ ਬੰਦੇ ਤੱਕ ਇਹ ਟੈਕਨੋਲੋਜੀ ਪਹੁੰਚ ਪਾਏ। ਜੀ ਜੀ ਬਿਲਕੁਲ। ਸੋ ਪ੍ਰਾਈਜ਼ ਬਿਲਕੁਲ ਰੀਜ਼ਨੇਬਲ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ ਦਿਮਾਂਸ਼ੂ ਜੀ, ਜ਼ਰੂਰ ਉਹਨਾਂ ਕੋਲ ਅਸੀਂ ਮੈਸੇਜ ਲੈਣਾ ਚਾਹਾਂਗੇ। ਸਾਡੀ ਆਮ ਦੁਨੀਆ ਵਿੱਚ ਹੁੰਦਾ ਹੈ ਕਿ ਸਾਨੂੰ ਜਿਹੜੀ ਪੜ੍ਹਾਈ ਹੈ ਬਿਲਕੁਲ ਸੌਖੀ ਹੋ ਜਾਏ ਅਤੇ ਪੜ੍ਹਾਈ ਬਿਲਕੁਲ ਬੜੀ ਈਜ਼ੀ ਹੈ। ਜੀ ਸਰ ਜੀ, ਮੈਂ ਤਾਂ ਮਤਲਬ ਫਸਟ ਆਫ ਆਲ ਕਿ ਸ਼ਾਰਕ ਟੈਂਕ ਦਾ ਥੈਂਕ ਯੂ ਕਹਿਣਾ ਚਾਹੂੰਗਾ ਕਿ ਸਾਨੂੰ ਉਹਨਾਂ ਨੇ ਮੌਕਾ ਦਿੱਤਾ ਮਤਲਬ ਸਾਡਾ ਪ੍ਰੋਡਕਟ ਦੁਨੀਆ ਸਾਹਮਣੇ ਰੱਖਣ ਦਾ, ਅਤੇ ਸਾਨੂੰ ਦੁਨੀਆ ਵੱਲੋਂ ਬਹੁਤ ਪਿਆਰ ਮਿਲਿਆ ਅਤੇ ਆਪਾਂ ਇੱਦਾਂ ਹੀ ਹੁਣ ਹੋਰ ਉਸ ਤੋਂ ਮੋਟੀਵੇਸ਼ਨ ਲੈ ਕੇ ਹੋਰ ਇੱਦਾਂ ਦੇ ਪ੍ਰੋਡਕਟਸ ਬਣਾ ਰਹੇ ਹਾਂ ਅਤੇ ਜਲਦੀ ਲਾਂਚ ਕਰਾਂਗੇ ਹੋਰ ਪ੍ਰੋਡਕਟਸ ਵੀ। ਸੋ ਅੱਜ ਸਾਡੇ ਨਾਲ ਸਨ ਦੀਪਾਂਸ਼ੂ ਜੀ, ਨਿਖਿਲ ਜੀ, ਜਿਨ੍ਹਾਂ ਨੇ ਬਹੁਤ ਵਧੀਆ ਟੈਕਨੋਲੋਜੀ ਸਾਡੇ ਰੂਬਰੂ ਕੀਤੀ ਹੈ। 3D ਸਾਨੂੰ ਦੱਸੀਏ ਕਿ ਅਸੀਂ ਕਿਵੇਂ ਯੂਜ਼ ਕਰ ਸਕਦੇ ਹਾਂ, ਖਾਸ ਕਰਕੇ ਮੋਬਾਈਲ ਨੂੰ ਕਿੱਦਾਂ ਅਸੀਂ ਯੂਜ਼ ਕਰ ਸਕਦੇ ਹਾਂ। ਵੈਸੇ ਤਾਂ ਹਮੇਸ਼ਾ ਮੋਬਾਈਲ ਯੂਜ਼ ਕਰਦੇ ਹਾਂ, ਬਟ ਵਾਕਈ ਮੋਬਾਈਲ ਨੂੰ ਯੂਜ਼ ਕਿਵੇਂ ਕਰਨਾ ਹੈ, ਇਹ ਟੈਕਨੋਲੋਜੀ ਵੀ ਬਿਲਕੁਲ ਸਾਹਮਣੇ ਲੈ ਕੇ ਆਉਂਦੀ ਹੈ। ਤਾਂ ਬਣੇ ਰਹੋ ਖਾਸ ਸੇਂਟਸ ਆਫ ਦਾ ਟਾਈਮ ਵਿੱਚ, ਖਾਸ ਸਟੋਰੀ ਦੇਖਣ ਲਈ ਸੇਂਟਸ ਆਫ ਦਾ ਟਾਈਮ ਫੇਸਬੁੱਕ ਯੂਟਿਊਬ 'ਤੇ।